ਅੱਖਾਂ ਜਦੋਂ ਕਿਤੇ ਦਿਨ ਹੁੰਦੇ ਸੀ ਜਵਾਨੀ ਦੇ, ਕਿਤੇ ਸੋਹਣੀਆਂ ਫੋਟੋਆਂ ਲਾਉਣੀਆਂ, ਕਿਤੇ ਵੰਨ ਸੋਨਾ ਪਾਉਣਾ ਲਾਉਣਾ, ਹੁਣ ਤਾਂ ਕਿਤੇ ਪੈਂਦਾ ਵੀ ਨਹੀਂ ਗਾ ਕੁਛ, ਜੇ ਪਾ ਲਈਏ ਤਾਂ ਨੌਂ ਧੀਆਂ ਨਹੀਂ ਹਟਦੀਆਂ ਵੀ ਮੰਮੀ ਨੇ ਆਹ ਲਾ ਲਿਆ, ਮੰਮੀ ਨੇ ਆਹ ਲਾ ਲਿਆ। ਮੰਮੀ ਕਦੀ ਕਿਤੇ ਮਿੱਟੀ ਨਹੀਂ ਲੱਗਣ ਦਿੰਦੀ ਹੁੰਦੀ ਜਦੋਂ ਦੀਆਂ ਇਹ ਫੋਟੋਆਂ ਲੱਥੀਆਂ ਵਾ, ਚੇਤੇ ਰਹਿ ਨੇ ਜਵਾਨੀ ਦੀਆਂ ਫੋਟੋਆਂ, ਕਿਹਾ ਸੋਹਣੀਆਂ ਲੱਥੀਆਂ, ਕਿਤੇ ਮੂੰਹ ਸਿਰ ਸੋਹਣੇ ਸਵਾਰਨੇ ਸੋਹਣੇ ਲੱਗਣੇ। ਹੋਰ ਮੰਮੀ ਜੀ ਕੀ ਵੇਖਣ ਡਏ ਜੇ? ਫੋਟੋ ਵੇਖਣ ਡਈ ਪੁੱਤ ਪੜ ਕੇ ਮਿਰਜੇ ਸਾਹਿਬਾਂ ਵਾਲੀ। ਹਾਂ ਮੈਂ ਕਿਹਾ ਵੀ ਇਹ ਜੋ ਦਿਨ ਹੁੰਦੇ ਸੀ ਨਾ ਇਹ ਫੋਟੋਆਂ ਕਿੱਡੀਆਂ ਸੋਹਣੀਆਂ ਸੀ ਉਦੋਂ ਆਈਆਂ। ਨਾਭੀ ਜਿਵੇਂ ਵਿਆਹ ਹੁੰਦਾ ਕਿਆ ਸੋਹਣਾ ਸੈਟ ਸੂਟ ਪਾਇਆ ਹਾ, ਤੇ ਲਾਗੇ ਤੁਹਾਡਾ ਡੈਡੀ ਤੇ ਕਿਹੜਾ ਸੋਹਣੀ ਫੋਟੋ ਲੱਥੀ ਸੈਟ ਤੇ। ਮੰਮੀ ਤੁਸੀਂ ਹੁਣ ਵੀ ਪਾਇਆ ਸੈਟ ਦੀ, ਹੁਣ ਕਿਹੜੀ ਕਮੀ ਹੈ? ਨਹੀਂ ਕਮੀ ਤਾਂ ਕੋਈ ਨੀ ਗੀ, ਪਰ ਫਿਰ ਗਾਂ ਗਾਂ ਜਿਉਂ ਜਿਉਂ ਦਿਨ ਵੱਧਦੇ ਜਾਂਦੇ ਤਿਉਂ ਤਿਉਂ ਬੰਦੇ ਦਾ ਹੋ ਜਾਂਦਾ ਨਾ ਮੂੰਹ ਦੇ ਸਿਰ ਦਾ ਥੋੜਾ ਫਰਕ ਪੈ ਜਾਂਦਾ। ਤੇ ਕੋਈ ਨੀ ਮੰਮੀ, ਤੁਸੀਂ ਹੁਣੇ ਬਾਜ਼ਾਰ ਜਾਓ, ਨਾਭੀ ਸੂਟ ਦੀ ਕਿਹੜੀ ਗੱਲ ਆ, ਉਹਨਾਂ ਨੂੰ ਕਿਉਂ ਨਾਭੀ ਸੂਟ ਕੱਢ ਦੋ, ਨਾਭੀ ਸੂਟ ਕਢਾ ਲਿਓ। ਨਹੀਂ ਪਤਾ ਹੈਗਾ ਸਭ ਕੁਛ ਬਥੇਰਾ ਵਾ ਕੋਲ, ਪਰ ਉਦਾਂ ਮੈਂ ਗੱਲ ਕਰਨੀ ਵੀ ਉਹ ਦਿਨ ਮੁੜ ਕੇ ਇਹਨਾਂ ਹੁੰਦੇ ਹਨਾ ਜਿੰਦੀਆਂ ਇਹ ਫੋਟੋਆਂ। ਮੰਮੀ ਤੁਸੀਂ ਤੇ ਉਹ ਦਿਨ ਮੁੱਕਣ ਹੀ ਨੀ ਦੇਣਦੇ, ਤੁਸੀਂ ਕਹਿੰਦੇ ਦੇਣ ਹੀ ਨੀ ਆਉਂਦੇ। ਪੁੱਤ ਕਿੱਥੇ ਇਹੋ ਜਿਹੀ ਹੁਣ ਗੱਲ ਬਣ ਰਹੀ? ਮੰਮੀ ਬਣੀ ਤੇ ਉਦਾਂ ਦੀ ਜਿੱਦਾਂ ਦੀ ਤੁਸੀਂ ਆਹ ਫੋਟੋ ਤੇ ਲੱਗਣ ਦੇ ਸਾਹਿਬਾ ਬਣੀ, ਉਦਾਂ ਦੇ ਤੁਸੀਂ ਇੱਥੇ ਸਾਹਿਬਾ ਬਣ ਕੇ ਬੈਠੇ ਜੀ ਤੇ ਫੋਟੋ ਮਾੜਾ ਜਿਹਾ ਕਿਤੇ ਤਿਆਰ ਹੋਣਾ, ਫੁੱਟ ਫੁੱਟ ਪੈਣਾ ਕੱਪੜਾ ਲੀੜਾ ਸਭ ਕੁਛ। ਉਦੋਂ ਮੰਮੀ ਤੁਹਾਡਾ ਰੰਗ ਕਿੰਨਾ ਹੀ ਕਾਲਾ ਹੋ ਗਿਆ, ਇੰਨਾ ਰੂਪ ਹੁੰਦਾ ਜਦੋਂ ਆਵੇਂ ਪਹਿਲਾਂ ਕਿੰਨਾ ਸੋਹਣਾ ਹਨਾ। ਫੇਸ਼ੀਅਲ ਫੂਸ਼ੀਅਲ ਕਰਾਏ ਨੇ, ਮੈਨੂੰ ਲੱਗਦਾ ਟਾਈਮ ਹੀ ਹੋ ਗਿਆ ਤੁਹਾਨੂੰ। ਫੇਸ਼ੀਅਲ ਤੇ ਚੱਲ ਹੋ ਹੀ ਜਾਣਗੇ, ਉਹ ਤੇ ਹੋ ਜਾਣੇ, ਉਹਨਾਂ ਦੀ ਕੋਈ ਗੱਲ ਨਹੀਂ। ਤੇ ਇੱਦਾਂ ਕਰੋ ਫੋਟੋ ਲਾ ਕੇ ਮੈਨੂੰ ਫੇਸ਼ੀਅਲ ਕਰਾਵੋ, ਫਿਰ ਤੁਹਾਨੂੰ ਥੋੜਾ ਜਿਹਾ ਸਿੱਧਕ ਜਿਹਾ ਹੋ ਜਾਊਗਾ ਨਾ, ਮੇਰਾ ਹਜੇ ਰੰਗ ਰੂਪ ਉਦਾਂ ਦਾ ਹੀ ਹੈ। ਨਹੀਂ ਗੱਲਾਂ ਨਾ ਬਹੁਤੀਆਂ ਕਰਿਆ, ਮੈਂ ਤਾਂ ਉਦਾਂ ਦੁੱਖ ਦੀ ਗੱਲ ਕਰਦੀ ਵੀ ਕਿਆ ਸੋਹਣੀ ਉਦੋਂ ਲੱਗਦੀ। ਹਾਏ ਮੰਮੀ ਦੁੱਖ ਵਾ ਤੁਹਾਨੂੰ, ਹੋਰ ਕੀ ਹੁਣ ਵੇਲੇ ਉਹ ਰਹਿ ਹੀ ਨਹੀਂ ਗਿਆ ਮੂੰਹ ਮਾਂਦਾ। ਮੰਮੀ ਦੁੱਖ ਤੇ ਸਾਨੂੰ ਲੱਗਣਾ ਚਾਹੀਦਾ, ਤੁਸੀਂ ਤੇ ਉਦਾਂ ਹੀ ਜੇ ਤੁਹਾਨੂੰ ਕਹਦਾ। ਮੰਮੀ ਆਪਾਂ ਸਾਡਾ ਸਗੋਂ ਰੂਪ ਰਾਪ ਢਲ ਗਿਆ ਵਾ, ਤੁਹਾਡਾ ਨੀ ਜੇ ਢਲਿਆ ਹਜੇ। ਤੇ ਤੁਸੀਂ ਮੂੰਹ ਸਿਰ ਸਵਾਰੋ ਤੇ ਬਹੁਤ ਉਦਾਂ ਦਾ ਹੀ ਹੈ, ਕੱਲ ਦੀਆਂ ਤੁਸੀਂ ਕੁੜੀਆਂ ਤੁਹਾਡੇ ਰੂਹ ਨੂੰ ਕੀ ਹੋ ਗਿਆ? ਮੰਮੀ ਬਸ ਸਾਡੇ ਵਰਗੀ ਗੱਲ ਨੀ ਬਣਨੀ ਸਾਡੇ ਕੋਲ ਉਦਾਂ। ਕਿਉਂ ਨਾ ਜੇ ਬਣਾਉਂਗੀ ਤਾਂ ਬਣ ਵੀ ਜਾਣੀ ਹੈ, ਤੁਸੀਂ ਤਾਂ ਕਿਤੇ ਬਹੁਤ ਸਿਰ ਨਹੀਂ ਗਾਉਣਾ। ਮੰਮੀ ਉਦੋਂ ਤਾਂ ਤੁਹਾਨੂੰ ਪੁੱਛਿਆ ਰਿਹਾ ਵੀ ਤੁਸੀਂ ਘੜੀ ਕਿਹੜੇ ਕੰਮ ਨੂੰ ਘਰੇ ਲਾ ਕੇ ਬਹਿੰਦੇ ਜੀ? ਮੇਰਾ ਸ਼ੌਂਕ ਆ ਘੜੀ ਲਾਉਣ 'ਚ ਕੀ ਕਰਾਂ? ਟਾਈਮ ਘੜੀ ਤੋਂ ਵੇਖਦੇ, ਘੜੀ ਤੋਂ ਵੀ ਵੇਲਣੀ, ਫੋਨ ਤੋਂ ਵੀ ਵੇਲਣੀ, ਇਹ 'ਚ ਕੀ ਆ? 24 ਘੰਟੇ ਮੰਮੀ ਤੁਸੀਂ ਤੇ ਇਦਾਂ ਹੀ ਵਾਂਡੇ ਵੀ ਜਾ ਸਕਦੇ, ਤੁਹਾਨੂੰ ਤੇ ਤਿਆਰ ਹੋਣ ਦੀ ਲੋੜ ਨਹੀਂ, ਬਲਕਿ ਵਾਂਡੇ ਜਾਣ ਵਾਸਤੇ ਵੱਖਰਾ ਤਿਆਰ ਹੋਣਾ ਹੁੰਦਾ ਹੀ ਹੈ ਤੁਸੀਂ ਸੱਚ। ਆ ਹੋਣਾ ਹੁੰਦਾ ਵਾ, ਇਹ ਕਿਹੜੀ ਗੱਲ ਵਾ? ਮੰਮੀ ਉਦੋਂ ਤੁਹਾਡੀ ਐਨੀਵਰਸਰੀ ਕਦੋਂ ਆ ਹੁਣ? ਮੇਰੇ ਤਰੀਕ ਚੇਤੇ 12 ਦਸੰਬਰ ਤੇ ਬਿੰਦੀਆਂ ਦਾ ਨਾ, ਮੈਂ ਤੁਹਾਨੂੰ ਡੱਬਾ ਹੀ ਗਿਫਟ ਕਰ ਦੇਣਾ, ਸਿਰਫ ਬਿੰਦੀ ਦੀ ਕਮੀ ਰਹਿ ਗਈ ਜੇ ਹੁਣ। ਚਲ ਕਰ ਦਿਓ ਪੁੱਤ, ਧੀਆਂ ਪੁੱਤ ਕਰਦੇ ਹੁੰਦੇ, ਕਰ ਦਿਓ ਫਿਰ ਕੀ ਹੈ? ਦੱਸੋ ਹੁਣ ਵੱਡੀ ਬਿੰਦੀ ਲੈਣੀ ਛੋਟੀ ਗੋਲ ਕੇ ਮੀਡੀਅਮ? ਤੈਨੂੰ ਜਿਹੜੀ ਚੰਗੀ ਲੱਗੇ ਵੀ ਕਰਦੀ ਪੁੱਤ, ਕੋਈ ਗੱਲ ਨਹੀਂ। ਤੇ ਸੰਦੂਰ ਸਭ ਕੁਛ ਕਰਦੀ, ਫਿਰ ਕੀ ਹੋ ਗਿਆ? ਲਾਉਣ ਪਾਉਂਦੇ ਜਣਾ ਤੂੰ ਕਰਨੀ ਪਤਾ ਨਾ ਖਾਓ ਟੀਚਰਾਂ ਸੱਸ ਨੂੰ। ਨਹੀਂ ਮੰਮੀ ਮੈਂ ਖੋਲਦ ਨਹੀਂ ਕਰਨ ਡਈ, ਮੈਨੂੰ ਤਾਂ ਪਤਾ ਵੀ ਤੁਹਾਡੇ ਲਾਉਣ ਪਾਉਣ ਦੇ ਦੇਣ ਵਾ। ਤੇ ਫਿਰ ਕੀ ਲਾਉਣ ਪਾਉਂਦੇ, ਤੇ ਇੱਡੀ ਗੱਲ ਨਹੀਂ ਕੋਈ, ਤੂੰ ਟੀਚਰਾਂ ਪੁੱਤ ਕਰਨੀ ਆ, ਤੂੰ ਜ਼ਿਆਦਾ ਕਰਨੀ ਹੈ ਤੇ ਦੂਜੀ ਘੱਟ ਕਰਦੀ ਹੈ ਨਾ। ਸਾਰੀ ਸਬਜ਼ੀ ਸੁੱਕਣ ਡਈ ਆ, ਬੰਦਾ ਪਾਣੀ ਲਾ ਛੱਡਦਾ ਵਾ, ਧਿਆਨ ਤੇ ਮਾਸਾ ਨਹੀਂ ਹੈਗਾ। ਮੰਮੀ ਦਾ ਤੇ ਹੈ ਨਹੀਂ ਇੰਨੀ, ਤੁਹਾਡਾ ਵੀ ਕਿਹੜਾ ਹੈਗਾ ਵਾ? ਨਹੀਂ ਹੁਣ ਮੈਂ ਰਸ ਗਈ, ਜਿੱਦਣ ਹੀ ਹਨੇਰੀ ਆਈ 6 ਦਿਨ ਹੋ ਗਏ ਆ, ਬੱਤੀ ਤੇ ਉਦੋਂ ਦੀਆਂ ਵੀ ਮੈਂ 11 ਕੀੜਾ ਫਿਰ ਇਹਨੂੰ ਪਾਣੀ ਲਾਉਣਾ ਹੋਇਆ ਵਾ। ਇਹਦਾ ਟਿੱਡਾ ਵੀ ਪਿਆ ਵਾ, ਉਹ ਸਪਰੇਅ ਕਰਤੀ ਹੈ ਟਿੱਡੇ ਵਾਲੀ ਦੇ, ਕਰਤੀ ਹੈ? ਆਹੋ ਟਿੱਡੇ ਦੇ ਭੁੜਕ ਨਹੀਂ ਬਣੇ ਡਏ ਆ, ਕੋਈ ਕੁਝ ਫਿਰ ਕਰਨੀ ਪੈਣੀ ਹੈ। ਆਹ ਜਿਹੜੇ ਕੰਮ ਹੁੰਦੇ ਆ ਨਾ ਇਹ ਮੰਮੀਆਂ ਕਰਦੀਆਂ ਵਾ, ਸਬਜ਼ੀ ਤੋੜ ਕੇ ਲੈ ਜਾ, ਮਿਰਚਾਂ ਤੋਂ ਅਪ ਰੁੱਚੀਆਂ ਵਾ ਤੇ ਲਾਲ ਹੋਣ ਡਈਆਂ ਮਿਰਚਾਂ। ਚਲਾ ਤੋੜੀਆਂ ਤੂੰ? ਮੈਂ ਤੇ ਤੋੜੂੰਗੀ, ਮੰਮੀ ਤੁਹਾਡੀ ਨੂੰ ਫੁਰਸਤ ਹੈ ਨਹੀਂ ਆ, ਮੇਕਅਪ ਤੋਂ ਅੱਜ ਤਾਂ ਸਕੁੰਤਲਾ ਵੀ ਪਾ ਲੀਆਂ ਵਾ। ਯਾਰ ਤੁਸੀਂ ਮੁੜ ਕੁੜ ਕੇ ਮੰਮੀ ਨਾਲ ਇਹ ਹੋ ਜਾਂਦੀਆਂ, ਜੇ ਨਹੀਂ ਕੰਮ ਕਰਨਾ ਤੁਸੀਂ ਜਵਾਬ ਦੇ ਦਿਓ। ਹਾਏ ਹਾਏ ਰੇ ਵੀਰ, ਸਕੁੰਤਲਾ ਸੋਹਣੀਆਂ ਲੱਗਦੀਆਂ, ਉੱਥੇ ਤੱਕ ਤਾਂ ਠੀਕ ਆ, ਅੱਜ ਤੇ ਮਾਂ ਨੈਕਲੈਸ ਵੀ ਪਾਇਆ ਕੱਢ ਕੇ। ਤੇ ਪਾ ਲੈਂਦੇ ਫਿਰ ਕੀ ਹੋ ਚੱਲਿਆ ਵਾ? ਉਹ ਬਣਾਏ ਕਾਹਦੇ ਵਾਸਤੇ, ਪਾਉਣ ਵਾਸਤੇ ਬਣਾਏ ਆ? ਅਸੀਂ ਨਾ ਪਾਈਏ ਤੇ ਉਹ ਮੰਮੀ ਪਾ ਲਏ ਹਨਾ। ਹੁਣ ਤੁਸੀਂ ਨਹੀਂ ਪਾਉਂਦੀ ਤੁਹਾਡੀ ਮਰਜ਼ੀ, ਤੁਹਾਨੂੰ ਕਿਹੜਾ ਮੰਮੀ ਨੇ ਮਨਾ ਕੀਤਾ ਵਾ? ਮਨਾ ਤਾਂ ਨਹੀਂ ਕੀਤਾ, ਪਰ ਸਾਰੀਆਂ ਚੀਜ਼ਾਂ ਉਮਰ ਦੇ ਹਿਸਾਬ ਨਾਲ ਚੰਗੀਆਂ ਲੱਗਦੀਆਂ, ਇੰਨਾ ਬੁਰੇ ਨਹੀਂ ਲੱਗੀਦਾ। ਜਾ ਬਾਬਾ ਭਿੰਡੀਆਂ ਵੀ ਤੋੜ ਲਾ, ਅੱਜ ਤੇ ਪਹਿਲਾਂ ਇਹੋ ਬਣਾ ਲਿਓ ਦਾਲ ਪਾਸ ਕੇ, ਉਹ ਗੱਲ ਵੱਲ ਆਉਣਾ ਹੀ ਨਹੀਂ ਆਪਾਂ ਤੇ, ਉਹ ਗੱਲ ਵੱਲ ਆਉਣਾ ਨਹੀਂ ਗਾ। ਹਾਂ ਚਲੋ ਮਿਰਚਾਂ ਤੇ ਫਿਰ ਮੈਂ ਉਹ ਭਿੰਡੀਆਂ ਤੋੜ ਦੀਆਂ। ਉਹ ਗੱਲ ਜਿਹੜਾ ਬੋਲੇ ਉਹ ਕੁੰਡਾ ਖੋਲੇ, ਜਿੰਨੇ ਕਹਿ ਤਾ ਮਿਰਚਾਂ ਤੋੜੋ ਉਹਦੇ ਦੁਆਲੇ ਹੋ ਜਾਣਾ ਵਾ, ਇੱਥੋਂ ਸਾਰੀਆਂ ਮਰੁੰਡ ਲੀਆਂ, ਹੁਣ ਅਸੀਂ ਤੋੜੋ ਇੱਥੇ ਦੇ ਦਾਂ ਕੋਈ ਨਹੀਂ। ਹੁਣ ਜਿਹੜਾ ਮੰਮੀ ਨਾਲ ਕੰਮ ਕਰੂ ਫਿਰ ਤੁਸੀਂ ਕਰਿਆ ਕਰੋ, ਫਿਰ ਮੈਂ ਕੀ ਕਰਾਂ? ਆਹੋ ਹੋਰ ਨਹੀਂ ਕੋਈ, ਉਹ ਦੂਜੀ ਹੈ ਤੇ ਉਹ ਮੰਮੀ ਦੇ ਦਿਵਾਲੀ ਹੋਈ ਰਹਿੰਦੀ ਹੈ, ਤੇ ਉਹਦਾ ਇਰਾਦਾ ਵਾ ਵੀ ਮੈਂ ਇੱਥੇ ਤੁਰੀ ਫਿਰਾਂ, ਮੰਮੀ ਦੇ ਲਾਗੇ ਲੱਗੇ ਮਹਿੰਦੀ ਰਹਿੰਦੀ ਮੰਮੀ ਦਾ ਤੌਰ। ਚੱਲ ਕੋਈ ਨਹੀਂ ਕਰ ਲੈਂਦੇ ਮਨ ਆਈਆਂ, ਜਦੋਂ ਉਹਦਾ ਬੰਦਾ ਆਇਆ ਫਿਰ ਉਹਦੀਆਂ ਸੁਣ ਲਈ।
तेरी मां ने ना कोई पौना लाना होगा मम्मी की करे है ना मम्मी मेरी कुड़मा जम्मा वाली पता हूं उम्र के हिसाब ना की लाना पड़ा अपने बथेरा लाया पाया जेरे कुड़मा जम्मा वाले है शदाई बन जाते इको सूट हों पांच कसो वाला पाया बस उन्हें नहीं बदलना हाड़ स्याल बस ओनू भी थोड़ा समझा भी कि सज सवार के रही होंगे इतने की करना जोड़ के मेरी मां ने फिर बैंक भी भरी है ना ते बैंक साड़ी पुत केड़ी खाली है कल मम्मी मान ला तुम मंजे ते पै गए तो तुहाडे ते कित्थों लाउणी आ आपां हो मम्मी दी नौ नौ लख दी एफडियां तू ये देर तो कर दे वर्कर मम्मी दे कित्थों लाउणी आ तू कित्थों वाली ने पुत गल सोच मम्मी इत्थे जोड़ जोड़ के ते मर जाना ते जान लगे की नाल लैणा तेरे वर्गी ने पा के भोग ते बस मुड़ के नाम ही नहीं किसे ने लैणा मम्मी मान लै जे कोई बीमारी एहो जी लग गई तुहानू ते ना नौ लख ते मुंह तेरे बोलण दा दिमाग कंजरी कचरी परले बूटा भी निकल वो रेह पक्या सब्जी नहीं बीज दे सब्जी नहीं बीज दे बीजी मुड़के तोड़नी नहीं मम्मी वड़दी के अपने आप मार सवार बना के नहा धो तो के गाड़ी ओदो ही बूर पै गया पकने जाके दसंबर जनवरी इनिया बूटे भरे पे सारिया पक गई भैणा सस फुरसत है नी मेकअप तो सिवा होर कुछ आंदा नहीं मेरी कली दी सस वी सस बनी बाद मेरी बनी आहो अज दे मार कड के पाईया शकुंतला बंदर बैठी अपने आप जी जो बंद झूरदा नी हों पहलो मैं मेकअप कर दी रही पहला टाइम हूं तो टाइम ही लंघ गया आंधी हो जा थोड़ी हूं काम रह गया पहलो नाभी सूट पाना लाना पाना ब्याह बरे लगना आंधी मेरी सुन गल जे वो टाइम लंघ गया तो जरा वो टाइम आया तो उदो मम्मी हड़ी की करती होगी भला की पता बाबा मार दीदी हार कड के पाया गल च लोगों ने सू लुट पुट के लै जाना ही रात न आन के जेडे हिसाब से साड़ी मम्मी चीजा कड़ कड़ पाँगी तो मुड़ के पिंड की गेड़ी भी लम्बी है आप आर्टिफिशियल पाए होंगे तू भी इदा कर तू भी अपना कड़ के पा तो मैं भी पाँनी हाँ इतना आ जाए पुछे भी तुम कल पा के बैठी है जे मैं अं आखा कि आड़ी सस ने पाया तो अं भी पा लो एह गल होनी चल आखा चलिए नींबू तोड़ दी
ਜਦੋਂ ਵਿਆਹੇ ਆਏ ਸੀ ਨਾ, ਸੌ ਚੀਜ਼ਾਂ ਦੀ ਰੀਝਾਂ ਸੀ ਸਾਡੀ ਮੰਮੀਆਂ ਨੂੰ, ਆਹ ਬਣਾ ਕੇ ਖਵਾ ਲਓ, ਉਹ ਬਣਾ ਕੇ ਖਵਾ ਲਓ, ਕਦੀ ਨਹੀਂ ਕੋਈ ਬਣਾ ਕੇ ਖਵਾ ਲਿਆ ਤੇ ਨਾ ਕਦੀ ਕੋਈ ਜਾਂਚ ਹੀ ਦੱਸੀ ਨਵੀਂ ਚੀਜ਼ ਦੀ। ਚਲੋ ਆਪੇ ਹੀ ਬਣਾ ਲਿਆ, ਆਪੇ ਹੀ ਖਾ ਲਿਆ। ਤੁਹਾਨੂੰ ਤਾਂ ਬਣਾਉਣਾ ਆਉਂਦਾ ਨਾ ਬੜਾ ਕੁਛ ਦੀਦੀ? ਕਿੱਥੇ ਆਉਂਦਾ ਬਣਾਉਣਾ, ਮਾੜਾ ਮੋਟਾ ਬਣਾ ਲਈਦਾ, ਚੱਲ ਸਾਊਥ ਇੰਡੀਅਨ ਖਾਣਾ ਬਣਾ ਲਈਦਾ ਵੀ ਚੱਲ ਸਵਾਦ ਲੱਗਦਾ। ਜਾਂ ਦੀਦੀ ਬੋਹਾ ਬਣਾਓ ਤੇ ਜਾਂ ਬਣਾਓ ਹਾਂ ਇਡਲੀ। ਚੱਲ ਵੇਖ ਲਓ ਹੋਰ ਤਾਂ ਨਹੀਂ ਗਈਆਂ ਆਹ ਤੋੜਨਾ? ਨਹੀਂ, ਜਦੋਂ ਫੇਰ ਪੱਕਣਗੇ ਫੇਰ ਤੋੜ ਲਵਾਂਗੇ, ਇੰਨੇ ਬਹੁਤ ਆ। ਬਹੁਤ? ਆਹੋ ਇਹ ਆਪਣੇ ਕੋਲ ਹੀ ਰਹਿਣੇ ਆ, ਕਿਹੜੇ ਕਿਤੇ ਚੱਲ ਚੱਲੇ ਆ। ਆਹ ਕਹਿੰਦਾ ਨਿੱਕੇ ਨਿੱਕੇ ਬਤੋਂ ਵੀ ਪਏ ਉਹ ਥੱਲੇ। ਕਿੱਥੇ ਆ ਵੇਖੋ ਕਿੰਨਾ ਪਿਆ, ਆਹ ਵੀ ਕਿੰਨੇ ਫੁੱਲ ਪਏ ਆ। ਅੱਛਾ ਫੁੱਲ ਪਏ, ਮੈਂ ਘਰ ਤੋੜਨ ਵਾਲੇ, ਮੈਨੂੰ ਤੋੜਨ ਲੱਗੀ। ਨਹੀਂ ਤੋੜਨ ਵਾਲੇ ਨਹੀਂ ਹੈਗੇ। ਅੱਛਾ ਚੱਲ ਜੀ, ਹੱਥਾਂ ਨੂੰ ਲੱਗ ਗਈ ਜੈਲ ਜੀ, ਹੱਥ ਧੋਲਾਂ ਮੈਂ। ਆਹੋ ਮੇਰੇ ਆਪ ਲੱਗੀ। ਆਹ ਕਿੰਨੇ ਚਿਰਾਂ ਬਾਅਦ ਪਾਈਆਂ, ਇਹਦੀ ਕੁੰਡੀ ਨਹੀਂ ਘੁੱਟੀ ਜਾਣ ਦੀ ਪੂਰੀ ਸ਼ਕੁੰਤਲਾ ਦੀ। ਚੱਲ ਡਿੱਗਣੀਆਂ ਤਾਂ ਡਿੱਗੀਆਂ ਤਾਂ। ਆਹ ਦੱਸ ਇਹਦਾ ਮੈਂ ਹੁਣ ਕੀ ਕਰਾਂ, ਫਿੱਕੇ ਜਿਹਾ ਮੈਂ ਕੀ ਰੰਗ ਪਸੰਦ ਇਹਨਾਂ ਨੇ ਕੀਤਾ, ਲੱਗੂ ਚੰਗਾ? ਨਹੀਂ ਨਹੀਂ ਸੱਜਣਾ, ਜ਼ਿਆਦਾ ਹੀ ਫਿੱਕਾ ਲੈ ਆਉਂਦਾ ਵੇ, ਤਾਂ ਕੀ ਪਾਉਣਾ ਸੀ ਜੇ ਇੰਨੇ ਪੈਸੇ ਖਰਚਣੇ ਸੀ ਤਾਂ ਮਾਸਾ ਰੰਗ ਹੀ ਤਾਂ ਵੇਚ ਦੇ ਬੰਦਾ, ਰੰਗ ਚੰਗਾ ਕਿ ਮਾੜਾ। ਕੱਢ ਕੇ ਬੈਠੇ ਇਹੋ ਵੇਖਣ ਦੀਆਂ ਭੈਣਾਂ, ਕਦੇ ਨਾਲ ਲਾਉਣੀ ਕਦੇ ਰੱਖ ਲਈਆਂ ਵੀ ਰੰਗ ਦੇ ਬਹੁਤਾ ਫਿੱਕਾ ਹੁਣ ਵਿਆਹ ਜਿਹੜਾ ਆ ਗਿਆ ਉੱਥੇ ਨਹੀਂ ਪਾ ਕੇ ਜਾਣਾ। ਮੰਮੀ ਮੇਰੀ ਗੱਲ ਸੁਣੋ, ਤੁਹਾਨੂੰ ਵਧੀਆ ਰੰਗ ਲਿਆ ਕੇ ਦਿੱਤਾ ਵਾ, ਜਿਹੜਾ ਪਾਉਣ ਵਾਲਾ ਹੁੰਦਾ ਉਮਰ ਦੇ ਹਿਸਾਬ ਨਾਲ ਆਹੋ ਸੋਹਣਾ ਲੱਗਣਾ ਤੁਹਾਨੂੰ। ਕਿੰਨੀ ਕੁ ਬਜ਼ੁਰਗ ਹੋ ਗਈ ਆ ਮੈਂ, ਆ ਕੀ ਏਦਾਂ ਦੀ ਬਾਹਾਂਗੀ ਤੇ ਫਿੱਕਾ ਆ ਜਾਵੇ ਰੰਗ। ਮੰਮੀ ਕਿੰਨਾ ਸੋਹਣਾ ਵਾ, ਕਿਤੇ ਮੋਰ ਪੰਖੀ ਆ, ਕਿਤੇ ਕੋਈ ਪਿੰਕ, ਕਿਤੇ ਕੋਈ ਹੋਰ ਹੁੰਦਾ, ਚੱਲ ਸੱਜ ਜਾਂਦਾ ਇਹਦਾ ਮੈਂ ਕੀ ਸੁਆਵਾਂ। ਮੰਮੀ ਹੁਣ ਤੈਨੂੰ ਬਟਾਉਣਾ ਵੀ ਨਹੀਂ, ਘੱਟਿਓ ਕੋਡੀ ਕਰ ਦੇਣਾ ਵਾ। ਚੱਲ ਏਦਾਂ ਕਰੋ ਤੂੰ ਸੁਆ। ਆਹੋ ਦੀਦੀ ਤੁਸੀਂ ਸੁਆ ਲਓ, ਸੋਹਣਾ ਲੱਗਣਾ ਤੁਹਾਨੂੰ। ਲੈ ਫੜ ਮੰਮੀ, ਮੰਮੀ ਤੁਸੀਂ ਕਿਹੜਾ ਰੰਗ ਦਾ ਲਿਆਉਣਾ ਫਿਰ? ਮੈਂ ਕੋਈ ਹੋਰ ਪਿੰਕ ਪੁੰਕ ਵੇਖ ਲਾਂਗੀ, ਮੋਰ ਪੰਖੀ ਵੇਖ ਲੂੰਗੀ। ਮੰਮੀ ਤੁਹਾਨੂੰ ਪਿੰਕ ਨਾ ਵੀ ਚਾਹੀਦਾ ਤੇ ਫਿਰ ਮੈਂ ਆ ਪਾ ਕੇ ਤੁਹਾਡੇ ਲਾਗੇ ਚੰਗੀ ਲੱਗੂਗੀ। ਨਹੀਂ ਬਹੁਤ, ਤੁਸੀਂ ਕਹਿੰਦੀ ਆ ਨਾ ਕਿ ਬੜਾ ਸੋਹਣਾ ਰੰਗ ਆ, ਮੰਮੀ ਬਹੁਤ ਸੋਹਣਾ ਰੰਗ ਆ, ਚੱਲ ਸਵਾਲਾ ਫਿਰ ਕੀ ਆ। ਇਹੋ ਤੇ ਮੈਂ ਕਹਿੰਦੀ ਵੀ ਤੁਹਾਨੂੰ ਉਮਰ ਦੇ ਹਿਸਾਬ ਨਾਲ ਸੋਹਣਾ ਲੱਗਣਾ, ਜਿੱਦਾਂ ਤੁਹਾਡੀ ਉਮਰ ਹੋਈ ਨਾ, ਆਹ ਰੰਗ ਤੁਹਾਨੂੰ ਬਿਲਕੁਲ ਸਹੀ ਆ, ਤਾਂ ਤੁਹਾਨੂੰ ਲਿਆ ਕੇ ਦਿੱਤਾ। ਅੱਜ ਨਹੀਂ ਅੱਜ ਨਹੀਂ ਕਿਦਾਂ ਲੱਗਣ ਦੇ ਤੇਰੇ, ਜਿੱਦਾਂ ਮੰਮੀ ਹੁਣ ਤੁਸੀਂ ਉਹ ਨਾਭੀ ਸੁਰਖੀ ਲਾਈ ਆ, ਆਹ ਫਿੱਕਾ ਫਿੱਕਾ ਸੂਟ ਜਿੱਦਾਂ ਫਿੱਕਾ ਵੀ ਨਹੀਂ ਆ ਜ਼ਿਆਦਾ, ਇਹ ਕਿਹੜਾ ਕਰੀਮ ਮਾਜਰਾ ਚਿੱਟਾ ਵਾ, ਬੜਾ ਸੋਹਣਾ ਰੰਗ ਵਾ, ਫਿੱਕਾ ਫਿੱਕਾ ਜਿਹਾ। ਉਹ ਬਹੁਤਾ ਹੀ ਫਿੱਕਾ ਹੋ ਗਿਆ ਵਾ, ਕੀ ਲੱਗਣਾ ਪਾ ਕੇ, ਨਾ ਪਤਾ ਹੋਣਾ ਵੀ ਨਵਾਂ ਪਾਇਆ ਤੇ ਨਾ ਪਤਾ ਲੱਗਣਾ ਵਿਆਹ ਚ ਵੀ ਪਹਿਲਾਂ ਪਾਇਆ ਹੋਵੇ ਧੋ ਕੇ। ਸੋਹਣੀ ਲੱਗਣਾ ਮੰਮੀ, ਕੁੜਮਣੀ ਲੱਗਣਾ, ਪਤਾ ਲੱਗੂ ਵੀ ਸੱਸ ਵਾ। ਹਾਂ ਕੁੜਮਣੀ ਕਿਤੇ ਇੱਥੇ ਬਹੁਤ ਹੋ ਗਈ ਆ ਕਿਤੇ ਬਜ਼ੁਰਗ। ਮੰਮੀ ਝਿਲਮਿਲ ਝਿਲਮਿਲ ਤੇ ਕਰ ਲਿਆ, ਸ਼ਿਮਰ ਦਾ ਸੂਟ ਵਾ ਅੱਜ ਕੱਲ ਤਾਂ, ਆਹੋ ਚੱਲਣ ਡਏ ਆ। ਤੂੰ ਇਤਨਾ ਕਰ ਸੋਹਣੀ, ਇਹਨੂੰ ਲਾ ਕੇ ਨਾ ਸਾਡਾ ਨੂੰ ਪੈਪਿੰਗ ਤੇ ਤੂੰ ਸਵਾਲ ਪੁੱਤ, ਤੂੰ ਸਵਾ ਸਵਾਲਾ ਮਿਲਦੀ ਕੋਈ ਗੱਲ। ਚੱਲ ਦੀਦੀ ਸਵਾ ਲਓ ਤੁਸੀਂ, ਮਾੜਾ ਵਾ ਤੁਸੀਂ ਤੇ ਵੈਸੇ ਵੀ ਆ ਨਿਊਡ ਸ਼ੇਡ ਜੀ, ਲਾਈਟ ਲਾਈਟ ਕਲਰ ਪਸੰਦ ਕਰਦੇ ਜੀ। ਮੈਂ ਕੋਈ ਹੋਰ ਆਪਣੇ ਪਸੰਦ ਦਾ ਲਿਆ, ਇਹ ਵੀ ਲਾਈਟ ਚ ਹੀ ਆਉਂਦਾ, ਨਿਊਡ ਚ ਤੇ ਜਦੋਂ ਨਹੀਂ ਆਉਂਦਾ ਪਰ ਲਾਈਟ ਸ਼ੇਡ ਚ ਹੀ ਆਉਂਦਾ, ਸਵਾ ਲਓ ਤੁਸੀਂ ਚੁੱਪ ਕਰਕੇ। ਚਲੋ ਭਾਈ ਠੀਕ ਆ, ਮੈਨੂੰ ਤਾਂ ਫਿਰ ਏਦਾਂ ਹੀ ਮਿਲਣਾ, ਮੈਂ ਹੁਣ ਮੈਂ ਨੀ ਚੇਚੇ ਜਾ ਕੇ ਸਵਾ ਸਕਦੀ, ਤੁਸੀਂ ਜਾਣ ਸਕਦੀਆਂ ਜਿੱਤੇ। ਤੁਸੀਂ ਬਹੁਤ ਪਸੰਦ ਕੀਤੇ ਰੰਗ, ਰੰਗ ਬੜਾ ਸੋਹਣਾ, ਮੈਂ ਤਾਂ ਕਿਹਾ ਹਟਾਓ ਉੱਥੋਂ। ਹੁਣ ਜਦੋਂ ਮੰਮੀ ਨੂੰ ਨਹੀਂ ਪਸੰਦ, ਮੈਂ ਵੀ ਨਹੀਂ ਪਾਉਣਾ, ਫਿਰ ਤੁਹਾਨੂੰ ਫਿੱਕੇ ਰੰਗ ਪਸੰਦ, ਫਿਰ ਤੁਸੀਂ ਪਾ ਲਓ। ਲੁੱਟ ਕਰਕੇ ਰੱਖਿਆ ਰੱਖਿਆ ਉਹ ਕੋ ਰੱਖਿਆ ਵਾ, ਉਹ ਵੇਖੋ ਕੇ ਤੁਹਾਨੂੰ ਦਿਖਾਵਾਂ ਮੈਂ, ਐਵੇਂ ਨਹੀਂ ਮੰਮੀ ਪਾ ਕੇ ਫਿਰਦੇ ਵੀ ਤੁਸੀਂ। ਚੱਲ ਮੰਮੀ ਯਾਰ ਸਮਝਾ ਤੁਸੀਂ, ਪਤਾ ਸਾਨੂੰ ਪਤਾ ਕਰਦੀਆਂ ਤੁਸੀਂ, ਇਹ ਮੈਨੂੰ ਪੈਂਦੀ ਆ ਤੇ ਕਿਸੇ ਨੇ ਲੈਣਾ ਉਹ ਪੈਂਦੀ ਲੈਣਾ, ਕਿਸੇ ਦੀ ਮੋਹਬਤ ਦੇ ਮਾਰਦੀ ਆ ਉਹ ਭਰਿਆ ਚ ਵੀ ਘੰਟੇ ਰਵਾਲਦਾ, ਕਰਦੀਆਂ ਪੁੱਠੇ ਪੁੱਠੇ ਕੰਮ, ਇਹ ਐਵੇਂ ਨੀ ਮੈਂ ਪਾਉਂਦੀ, ਮੈਂ ਕੰਮ ਤਾਂ ਸੋਚ ਕੇ ਪਾਉਂਦੀ ਆ, ਆਪ ਰੱਖਿਆ ਪਧਰੇ ਕੱਢ ਲੈਣਾ ਹੀ ਮਾਰੇ, ਚਾਹੇ ਨਾ ਮਾਰੇ ਹੈਗੇ ਇੱਕ ਗੋਲੀ ਸਾਡੇ ਜ਼ਰੂਰ ਮਾਰੂਗੀ। ਫੋਟੋਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ, ਆ ਵੀ ਇੱਕੋ ਥਾਂ ਆ ਗਈਆਂ ਦੀਦੀ, ਆ ਵੀ ਇੱਕੋ ਫੋਟੋਆਂ ਇਕੱਠੀਆਂ ਕਰਤੀਆਂ ਮੈਂ ਦੀਦੀ ਦੀਦੀ, ਕਿੱਥੇ ਗੁਆਚੇ ਜੇ, ਆ ਵੀ ਇੱਕੋ ਫੋਟੋਆਂ ਇਕੱਠੀਆਂ, ਕਿਤੇ ਕੀ ਨਵੀਨ ਜੀ ਧਿਆ ਗਵਾਹ ਵੱਡੀਆਂ ਹੋ ਗਈਆਂ। ਮੈਂ ਤਾਂ ਭੈਣਾਂ ਇਹ ਸੋਚਣ ਡਈ ਸੀ ਵੀ ਮੰਮੀ ਨੂੰ ਕਿਤਨਾ ਡਰਾਈਏ, ਕਾਹਦੇ ਤੇ ਡਰਾਉਣਾ ਮੰਮੀ ਨੂੰ, ਆਹ ਜਿਹੜਾ ਇੰਨਾ ਸਮਾਨ ਉਤਰਾ ਨੀਰਾ ਲੁੱਟਦਾ ਘਰ, ਰਾਤ ਨੂੰ ਸਾਨੂੰ ਕੋਈ ਮਾਰ ਕੇ ਚਲ ਜੂਗਾ ਈ, ਸੂਟ ਤੇ ਪਾਉਣੇ ਪਾਉਣੇ, ਸ਼ਕੁੰਤਲਾ ਵੀ ਕੱਢ ਕੇ ਪਾ ਲਈਆਂ, ਆਹ ਮੈਂ ਆ ਹੀ ਲਵਾ ਦੀ ਜਿਹੜਾ ਗੱਲ ਨੂੰ ਪਾਇਆ ਵਾ, ਸੁਣਦੀ ਵੀ ਮੰਮੀ ਮੇਰੇ ਲੱਗੇ ਹੀ ਆ, ਮੰਮੀ ਦਾ ਤੇ ਬਾਅਦ ਚ ਵੱਢਣਾ, ਤੇਰਾ ਪਹਿਲਾਂ ਗੱਲ ਵੱਢਣਾ, ਵੇਖੀ ਸਹੀ।
ਤੇ ਸਾਰਾ ਸੁੱਤੇ ਪਿਆ ਭੁਲੇਖਾ ਵੀ ਲੱਗ ਜਾਂਦਾ ਚੋਰਾਂ ਨੂੰ। ਹਾਂ ਬਹੁਤਾ ਉਹਨਾਂ ਨੂੰ ਡਰਾਓ, ਹੁਣ ਤੁਸੀਂ ਮੈਨੂੰ ਸਕੀਮ ਲਾਓ ਕੋਈ ਦੀਦੀ। ਮੈਂ ਨਿੱਕੇ ਜਿਹੇ ਨਿਆਣੇ ਨੂੰ ਡਰਾ ਲਈਦਾ ਨਾ, ਇਹ ਕਹਿ ਲਈਦਾ ਨਾ ਹਾਏ ਬਹੂ ਆ ਗਿਆ, ਜੇ ਕਿਸੇ ਨੂੰ ਰੋਕਣਾ ਹੋਏ ਤੇ ਮੰਮੀ ਨੂੰ ਕਿਤਨਾ ਰੋਕਾਂਗੇ। ਹੋਰ ਤਾਂ ਕੁਛ ਕਰਨ ਮਾਮੇ ਨੂੰ ਤਾਂ ਸੱਦੀ ਸੀ, ਮਾਮੇ ਨੂੰ ਸਮਝਾ ਕੇ ਜਾਂਦੇ ਮੰਮੀ ਨੂੰ। ਆਹੋ ਮਾਮੇ ਉਹਨਾਂ ਨੂੰ ਸੱਦ ਲਾ, ਹੋਰ ਗੱਲ ਪਵਾ ਲਾ ਆਪਣੀ। ਫਿਰ ਕੀ ਕਰਨਾ ਜੀ ਦੱਸੋ ਤੁਸੀਂ? ਮੈਂ ਕਹਿੰਦੀ ਹਾਂ ਸਾਰੇ ਨਾਲੋਂ ਕਬੀਰ ਭਾਜੀ ਨੂੰ ਕਹੋ ਚੁੱਪ ਕਰਕੇ। ਕੀ ਕਹਾਂ, ਉਹ ਕਹਿੰਦਾ ਮੰਮੀ ਕਰਦੀਆਂ ਹੁੰਦੀਆਂ ਮੰਮੀਆਂ, ਕੋਈ ਗੱਲ ਨਹੀਂ ਉਹਦੀ ਕਿਹੜੀ ਉਮਰ ਲੰਘੀ ਆ, ਤੂੰ ਮੰਮੀ ਦੇ ਦੁਆਲੇ ਹੋਈਆਂ ਰਹਿੰਦੀਆਂ, ਨਾਲੇ ਮੈਂ ਘੜੀ ਮੁੜੀ ਕਹਿੰਦੀ ਚੰਗੀ ਲੱਗਦੀ ਆ, ਅਗਲਾ ਭਾਵੇਂ ਅੰਦਰੋਂ ਦੀ ਸ਼ਰਮਿੰਦਾ ਹੁੰਦਾ ਹੋਵੇ। ਮੈਂ ਕਹਾਂ ਭਾਜੀ ਨੂੰ ਤਾਂ ਮੇਰਾ ਗੁੱਸਾ ਹੀ ਨਾ ਕਰ ਲੇ ਭਾਜੀ, ਨਹੀਂ ਉਸ ਤਰ੍ਹਾਂ ਤੂੰ ਜਿੱਦਾਂ ਗੱਲ ਕਰੀ ਦੀ ਆ ਵਲ ਬਲਿੰਗ ਪਾ ਪਾ ਕੇ ਇਤਨਾ ਗੱਲ। ਮੈਂ ਕਹਿੰਦੀ ਆ ਭਾਜੀ ਚੁੱਪ ਕਰਕੇ ਬੈਂਕ 'ਚ ਜਮਾਂ ਕਰਾਓ ਮੰਮੀ ਦਾ ਸਾਰਾ ਸਮਾਨ ਕਿ ਨਹੀਂ। ਮੰਮੀ ਨੇ ਤਾਂ ਇੱਕ ਬਟੂਏ 'ਚ ਪਾ ਕੇ ਰੱਖਿਆ। ਤੇ ਬਟੂਆ ਹੀ ਮੰਮੀ ਦਾ ਗੈਪ ਕਰ ਲੈਂਦੀ ਆ। ਤੇ ਜੇ ਮੰਮੀ ਨੇ ਪਹਿਲਾਂ ਸਾਡੇ ਤੋਂ ਗੈਪ ਕਰਕੇ ਰੱਖਿਆ ਤਾਂ ਅਸੀਂ ਕਿੱਥੋਂ ਲੱਭ ਲਾਂਗੇ? ਮੰਮੀ ਦੇ ਅਲਮਾਰੀ ਨੂੰ ਚਾਬੀ ਲੱਗੀ ਆ, ਲੋਕ ਲੱਗਾ ਨਾ। ਤੇ ਤੁਸੀਂ ਤੁਹਾਡੀ ਤਾਂ ਗੱਲ ਉਹ ਆ ਵੀ ਨਾ ਕੰਮ ਕਰਨਾ ਤੇ ਨਾ ਕਰਨ ਦੇਣਾ, ਜਦੋਂ ਮੈਂ ਕੋਈ ਕੰਮ ਕਰਨ ਲੱਗ ਗਈ ਸੋਚੋ ਤਾਂ ਤੁਸੀਂ ਪਹਿਲਾਂ ਹੀ ਜਵਾਬ ਦੇ ਦਿੰਦੇ ਜੇ। ਯਾਰ ਮੰਮੀ ਸਾਡੇ ਨਾਲੋਂ ਜ਼ਿਆਦਾ ਸ਼ਾਤਰ ਵਾ, ਮੰਮੀ ਦਾ ਇੱਕ ਦਿਮਾਗ, ਸਾਡੇ ਦੋਵੇਂ ਜਣੇ ਦੇ ਰਲ ਕੇ ਦੋ ਦਿਮਾਗ ਹੋਣੇ ਤੇ ਦੋ ਦਿਮਾਗ ਕੋਈ ਨਾ ਕੋਈ ਵੱਖਰਾ ਕਰਨਗੇ ਨਾ ਕਿ ਨਹੀਂ ਕਰਨਗੇ? ਮੇਰਾ ਦਿਮਾਗ ਮਾਸਾ ਨੀ ਉਹ ਕੰਮ ਕਰ ਲਿਆ, ਸੱਚੀ ਗੱਲ ਦੱਸਾਂ ਨਾ। ਜੇ ਹੁਣ ਮੈਂ ਤੁਹਾਨੂੰ ਪੁੱਛਾਂ ਤੁਸੀਂ ਕਹਿਣਾ ਮੇਰਾ ਤੇਰਾ ਭਾਜੀ ਨੇ ਮੇਰਾ ਦਿਮਾਗ ਸਾੜਿਆ, ਉਹ ਵਿਚਾਰਾ ਕੁਛ ਕਹਿੰਦਾ ਨਹੀਂ ਹੈ ਤੁਹਾਨੂੰ। ਆਹ ਜਿਹੜੇ ਕੰਮ ਅਸੀਂ ਕਰਦੇ ਆ ਨਾ ਉਹ ਮੰਮੀ ਕਰਦੀ ਹੁੰਦੀ ਆ, ਤੇ ਜਿਹੜੇ ਮੰਮੀ ਕਰਦੀ ਆ ਨਾ ਉਹ ਨੂੰਹਾਂ ਕਰਦੀਆਂ ਹੁੰਦੀਆਂ। ਆਹ ਕੀ ਬਣਾਉਣ ਲੱਗੇ ਫਿੱਕੇ ਚੌਲ? ਮੈਂ ਨਹੀਂ ਨਮਕੀਨ ਚੌਲ ਬਣਾ ਲਓ ਦੀਦੀ। ਨਮਕੀਨ ਚੌਲ ਹੀ ਬਣਾਉਣੇ ਆ? ਆਹ ਨਮਕੀਨ ਚੌਲ ਬਣਾ ਲਓ। ਮੈਂ ਮੱਚ ਬਾਬਾ ਹਰੀ ਗੋਭੀ ਮਟਰ ਪਾ ਕੇ ਤੇ ਬਣਾਉਣੀ ਆ। ਮਿਰਚ ਕਰਾਰੀ ਜੀ ਕਰ ਲਿਆ ਵਿੱਚ? ਚੰਗਾ ਆਹ ਮੰਮੀ ਦੇ ਚੌਲਾਂ 'ਚ ਵੱਖਰੀ ਪਾਉਂਗੀ, ਵੇਖੀ ਅੱਜ ਮੈਂ। ਲਾਲ ਮਿਰਚ? ਆਹੋ ਸਾਰੀ ਜਿਹੜੀ ਤੁਰੀ ਤੇ ਰਹੂਗੀ ਬਾਥਰੂਮ 'ਚ, ਤੇ ਮੇਕਅਪ ਦਾ ਕਿੱਥੋਂ ਚੇਤਾ ਰਹਿਣਾ? ਕਰੂ ਲੱਗਦਾ ਦੀਦੀ ਅੱਜ ਕੋਈ ਨਾ ਕੋਈ ਕਾਂਡ, ਇੱਦਾਂ ਸੁੱਕਾ ਨਹੀਂ ਅੱਜ ਜਾਣ ਦਿੰਦੀ ਮੰਮੀ ਨੂੰ।